ਧੋਤੀ ਜਾਵੇ, ਦੂਸਰੇ ਦਿਨ ਨਾ ਧੋਤੀ ਜਾਵੇ, ਦੋ ਕੁ ਦਿਨ ਤੇ ਚੱਲ ਜਾਂਦਾ, ਫਿਰ ਦੁੱਧ ਖੱਟਾ ਹੋਣ ਲੱਗ ਪੈਂਦਾ, ਜਿਹੜੀ ਲੱਸੀ ਹੈ ਉਹ ਵੀ ਖੱਟੀ ਹੋਣ ਲੱਗ ਪੈਂਦੀ ਹੈ, ਤੀਸਰੇ ਦਿਨ ਚੱਲ ਜਾਵੇਗਾ ਜੇ ਇਸ ਨੂੰ ਧੋਈਏ ਹੀ ਨਾ। ਬਾਬਾ ਨਾਨਕ ਜੀ ਆਖਦੇ ਜਿਹੜਾ ਤੇਰਾ ਚਾਟਾ ਹੈ ਨਾ, ਇਹ ਆ ਸਰੀਰ ਰੂਪੀ ਭਾਂਡਾ, ਇਹ ਤੂੰ ਧੋਤਾ ਹੀ ਨਹੀਂ ਕਾਂਜੀ ਨਾਲ, ਨਹੀਂ ਇਹ ਚਾਟਾ ਪਹਿਲਾਂ ਹੀ ਲਿਬੜਿਆ ਸੀ ਜਿਸ ਵਿੱਚ ਤੂੰ ਦੁੱਧ ਪਾਇਆ, ਕਿਉਂਕਿ ਜਦੋਂ ਰੱਬ ਕੋਲੋਂ ਬੱਚਾ ਆਉਂਦਾ ਹੈ ਨਾ ਉਦੋਂ ਵਿਕਾਰਾਂ ਦੀ ਮੈਲ ਨਹੀਂ ਹੁੰਦੀ ਇਸ ਨੂੰ, ਬਾਅਦ ਵਿੱਚ ਇਸ ਭਾਂਡੇ ਵਿੱਚ ਵਸਤੂਆਂ ਪੈਂਦੀਆਂ ਨੇ, ਤੇ ਉਦੋਂ ਦਾ ਇਹ ਚਾਟੇ ਨੂੰ ਲਿਬੜਿਆ ਪਿਆ ਹੈ, ਤੂੰ ਤੇ ਮੈਨੂੰ ਦੋਸ਼ ਦੇ ਰਿਹਾ, ਮੈਂ ਨਹੀਂ, ਇਹ ਤੇਰਾ ਭਾਂਡਾ ਪਹਿਲਾਂ ਹੀ ਲਿਬੜਿਆ ਪਿਆ ਸੀ, ਇਹ ਚਾਟੀ ਪਹਿਲਾਂ ਹੀ ਖਰਾਬ ਸੀ ਜਿਸ ਵਿੱਚ ਤੂੰ ਦੁੱਧ ਪਾਇਆ ਹੈ, ਇਹ ਤੇ ਫੁੱਟਣਾ ਹੀ ਸੀ ਦੁੱਧ ਨਾਲ। ਪਿਆਰੇ ਸੱਜਣੋ, ਇਸ ਕਰਕੇ ਇਹ ਬਾਬੇ ਨਾਨਕ ਦਾ ਦਰਬਾਰ ਹੈ, ਸਿੱਧਾ ਨੇ ਹੱਥ ਜੋੜ ਦਿੱਤੇ ਸੀ, ਆਪ ਆਪਣੇ ਮੁਖਾਰਬਿੰਦ ਤੋਂ ਫਿਰ ਆਖਿਆ ਸੀ ਜਦੋਂ ਬਾਬੇ ਨਾਲ ਸਿੱਧ ਗੋਸ਼ਟ ਵਿੱਚ ਹਾਰ ਗਏ ਨੇ। ਆਹ ਦੇਖੋ ਆਹ ਲਿਖਿਆ ਹੋਇਆ ਭਾਈ ਸਾਹਿਬ ਜੀ ਨੇ ਵੀ, ਭਾਈ ਸਾਹਿਬ ਜੀ ਨੇ ਕਿਸੇ ਨੂੰ ਪਰਚੀ ਦਿੱਤੀ ਹੋਣੀ ਕਿ ਸ਼ਬਦ ਸਾਨੂੰ ਸੁਣਾਵੋ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ, ਸੁਰਤ ਤੇ ਸ਼ਬਦ ਦਾ ਜੋੜ ਹੈ, ਬਾਬੇ ਨਾਨਕ ਜੀ ਨੇ ਜੋੜ ਕਰਾਇਆ ਸਾਡਾ ਗੁਰੂ ਸਾਹਿਬ ਦੀ ਸ਼ਬਦ ਨਾਲ, ਸਾਡਾ ਇਹ ਭਾਂਡਾ ਖਰਾਬ ਨਾ ਹੋਵੇ, ਅੰਦਰ ਤਦ ਹੀ ਕੁਝ ਟਿਕ ਸਕਦਾ ਹੈ, ਜੇ ਭਾਂਡਾ ਹੀ ਖਰਾਬ ਹੈ ਤੇ ਅੰਦਰ ਜਿਹੜੀ ਮਰਜ਼ੀ ਵਸਤੂ ਪਾਵੋ, ਦੁੱਧ ਪਾਵੋ, ਫੁੱਟ ਹੀ ਜਾਣਾ, ਦੁੱਧ ਨੂੰ ਫੁੱਟਣ ਤੋਂ ਬਚਾਉਣ ਲਈ ਇਸ ਗੁਰੂ ਦੇ ਚਰਨ ਨਾਲ ਜੁੜਨਾ ਜ਼ਰੂਰੀ ਹੈ। ਸ਼ਬਦ ਦੀ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਕੀਰਤਨ ਸਮਾਂ ਸਮਾਪਤ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਨਾਮ ਦੀ ਅਮਰਤਾ ਬਖਸ਼ਿਸ਼ ਕਰਨ, ਬੱਚਿਆਂ ਨੂੰ ਸਤਿਗੁਰੂ ਜੀ ਆਪਣੀ ਮਿਹਰ ਸਦਕਾ ਆਸ਼ੀਰਵਾਦ ਦੁਆਰਾ ਕੀਰਤਨ ਦੀ ਦਾਤ ਬਖਸ਼ਿਸ਼ ਕਰਨ, ਦਾਸ ਦੇ ਜਿੱਥੇ ਗੁਰੂ ਕੀਰਤਨ ਕਰਦਿਆਂ ਕੋਲ ਬੇਅੰਤ ਗਲਤੀਆਂ ਭੁੱਲਾਂ, ਸਾਡੀਆਂ ਗਲਤੀਆਂ ਭੁੱਲਾਂ ਨੂੰ ਨਾ ਚਿਤਾਰਨਾ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ, ਸਾਡਾ ਜਨਮ ਸਫਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਮ ਸਿੰਘ ਜੀ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ
ਜਿਨ੍ਹਾਂ ਨੇ ਇੰਨਾ ਭਿੱਜ ਕੇ ਕੀਰਤਨ ਕੀਤਾ ਕਿ ਦਿਲ ਕਰਦਾ ਸੀ ਅਜੇ ਹੋਰ ਇਹਨਾਂ ਤੋਂ ਕੀਰਤਨ ਸਰਵਣ ਕੀਤਾ ਜਾਵੇ, ਪਰ ਸਮੇਂ ਦੀ ਨਿਜਾਤ ਨੂੰ ਪਛਾਣਦਿਆਂ ਹੋਇਆਂ ਇਹਨਾਂ ਨੇ ਸਮਾਪਤੀ ਕੀਤੀ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਸਰਿਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੀ। ਸੋ ਹੁਣ ਇੱਕ ਬੱਚੀ ਆਪ ਜੀ ਨੂੰ 2 ਮਿੰਟ ਕਵਿਤਾ ਦੇ ਨਾਲ ਨਿਹਾਲ ਕਰੇਗੀ, ਉਸ ਤੋਂ ਬਾਅਦ ਆਪਾਂ ਬੱਚਿਆਂ ਦੇ ਕੋਲੋਂ ਰੱਬੀ ਬਾਣ ਗਏ। ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਸਿੱਖੀ ਦਾ ਸਤਿਕਾਰ ਕਰ, ਸਿੱਖੋ ਲੋੜ ਹੁਣ ਸਿੱਖੀ ਨੂੰ ਬਚਾਉਣ ਦੀ, ਹੁਣ ਲੋੜ ਨਹੀਂ ਸਮੇਂ ਨੂੰ ਗਵਾਉਣ ਦੀ, ਪਰ ਹੁਣ ਲੋੜ ਹੈ ਆਪਣੇ ਬੱਚਿਆਂ ਨੂੰ ਸਮਝਾਉਣ ਦੀ। ਕਲਗੀਧਰ ਪਾਤਸ਼ਾਹ ਦੇ ਉਪਕਾਰ ਕਿਤੇ ਭੁੱਲ ਨਾ ਜਾਇਓ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ। ਕੇਸਾਂ ਪਿੱਛੇ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਹਾਈ ਸੀ, ਸਿੱਧ ਕੋ ਨਡੋਲਿਆ ਸ਼ਹੀਦੀ ਹੱਸ ਹੱਸ ਪਾਈ ਸੀ, ਕੀਤੀ ਕੁਰਬਾਨੀ ਤਾਈ ਮਨੋ ਨਾ ਭੁਲਾਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ। ਸਿੱਖੀ ਦੇ ਸਕੂਲ ਵਿੱਚ ਇਹ ਹੈ ਉੜਾ ਐੜਾ, ਕੇਸਾਂ ਨੂੰ ਕਟਾਉਣ ਵਾਲਾ ਕੰਮ ਬੜਾ ਮਾੜਾ, ਆਓ ਰੱਖੋ ਕੇਸ, ਆਪ ਰੱਖੋ ਕੇਸ, ਹੋਰਾਂ ਨੂੰ ਰੱਖ ਕੇ ਵਿਖਾਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ। ਕੇਸਧਾਰੀ ਪੱਗ ਵਾਲੇ ਨੂੰ ਕਹਿੰਦੇ ਸਰਦਾਰ ਜੀ, ਆਓ ਸਰਦਾਰ ਜੀ, ਲੋਕੀ ਕਰਦੇ ਸਤਿਕਾਰ ਨੇ, ਆਪਣੀ ਔਕਾਤ ਕਿਤੇ ਮਿੱਟੀ ਚ ਨਾ ਰਲਾਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ। ਪਿਓ ਦਾਦੇ ਤੁਸਾਂ ਦੇ ਸਿੱਖੀ ਪ੍ਰਣ ਨਵਾ ਗਏ, ਉਹਨਾਂ ਦੇ ਨਾਂ ਤੇ ਕਲੰਕ ਨਾ ਲਗਾਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ। ਸਿਮਰਨਜੀਤ ਕੌਰ ਕਰਦੀ ਸਿੱਖੀ ਦਾ ਪ੍ਰਚਾਰ ਜੀ, ਪ੍ਰਚਾਰ ਨਾਲ ਆਦਿ ਸਿੱਖ ਕੌਮ ਤੇ ਬਹਾ, ਸਿੱਖੀ ਅਪਣਾਉਣ ਵਾਲਾ ਮਨ ਨੂੰ ਬਣਾਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ, ਹੱਥ ਜੋੜ ਬੇਨਤੀ ਹੈ ਵੀਰੋ ਕੇਸ ਨਾ ਕਟਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਡੀ ਡੇਗੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਗੁਰੂ ਘਰ ਦੇ ਮਹਾਨ ਸ਼ਖਸ਼ੀਆਂ, ਗੁਰੂ ਘਰ ਦੇ ਮਹਾਨ ਕੀਰਤਨੀ ਜਥੇ ਸਿੰਘ ਸਾਹਿਬਾਨ ਆਪ ਜੀ ਨੂੰ ਗੁਰ ਇਤਿਹਾਸ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਤਕਰੀਬਨ ਆਪਣੀ ਬੱਚੀ ਪਿੰਡ ਦੀ ਸਿਮਰਨਜੀਤ ਕੌਰ ਨੇ ਬੜੇ ਹੀ ਸ਼ਬਦਾਂ ਦੇ ਨਾਲ ਆਪ ਜੀ ਨੂੰ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਹੈ। ਬੱਚੀ ਦੇ ਪਰਿਵਾਰ ਅਤੇ ਬੱਚੀ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਬੱਚੇ ਇਸ ਮਾਰਗ ਤੇ ਤੁਰ ਪੈਂਦੇ ਨੇ ਉਹ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਲੈਂਦੇ ਨੇ। ਗੁਰਮਤਿ ਸੰਗੀਤ ਅਕੈਡਮੀ ਮਾਤਾ ਸਾਹਿਬ ਕੌਰ ਜੀ ਦੇ ਜੋ ਸ਼ੁਰੂਆਤ ਕੀਤੀ ਹੈ, ਅੱਜ ਦੇ ਦਿਨ ਸੰਗਤਾਂ ਅਤੇ ਪਿੰਡ ਕੋਟ ਰਾਂਝਾ ਦੀਆਂ ਸਮੂਹ ਗੁਰਦਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਸਮੂਹ ਬੱਚੇ ਇਸ ਮਹਾਨ ਗੁਰਮਤਿ ਸੰਗੀਤ ਅਕਾਡਮੀ ਪ੍ਰਸ਼ੰਸਾ ਦੇ ਯੋਗ ਹੈ। ਇਸ ਸੰਗੀਤ ਅਕਾਡਮੀ ਦੇ ਜੋ
ਗੁਰਮਤਿ ਸੰਗੀਤ ਤਬਲਾ ਕੀਰਤਨ ਜੋ ਸਿਖਾਉਣਗੇ ਬੱਚਿਆਂ ਨੂੰ ਗਿਆਨੀ ਪਰਮਜੀਤ ਸਿੰਘ ਜੀ ਮਾਛੀ ਵੜੇ ਵਾਲੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਉਣ ਤੇ ਆਪਣਾ ਸਨਮਾਨ ਪ੍ਰਾਪਤ ਕਰਨ, ਜੋ ਕਿ ਬੱਚਿਆਂ ਨੂੰ ਸਹੀ ਦੇਣ ਅਤੇ ਗੁਰਮਤਿ ਦੀ ਸਿਖਲਾਈ ਦੇਣਗੇ। ਤਕਰੀਬਨ ਜੋ ਸਮਾਂ ਹੈ 3 ਤੋਂ 5 ਵਜੇ ਦਾ ਸ਼ਾਮ ਦਾ ਹੋਇਆ ਕਰੇਗਾ। ਬੱਚੇ ਇਸ ਸੰਗੀਤ ਅਕੈਡਮੀ ਦੇ ਵਿੱਚ ਆ ਕਰਕੇ ਸ਼ੁੱਧ ਗੁਰਬਾਣੀ ਸੰਥਿਆ ਅਤੇ ਤਬਲਾ ਕੀਰਤਨ ਸਿੱਖ ਸਕਦੇ ਹਨ। ਇੱਥੇ ਫ੍ਰੀ ਹੈ ਹੋਵੇਗਾ ਇਹ ਸੰਗੀਤ ਅਕੈਡਮੀ ਦੇ ਵਿੱਚ। ਤੇ ਸੋ ਗਿਆਨੀ ਪਰਮਜੀਤ ਜੀ ਨੂੰ ਬੇਨਤੀ ਹੈ ਕਿ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆ ਕੇ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ